ਤਾਂ ਦੱਸ ਦੇ ਕਿ ਓਲੰਪਿਕ ਹਾਕੀ ਟੀਮ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ, ਜਿਸ ਦੇ ਵਿੱਚ 8 ਤਾਂ ਸਿਰਫ ਪੰਜਾਬੀ ਨੌਜਵਾਨ ਹੀ ਸ਼ਾਮਿਲ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਬਾਬਾ ਬਕਾਲਾ ਦੇ ਪਿੰਡ ਦਾ ਰਹਿਣ ਵਾਲਾ ਹੈ, ਜਿਸ ਦਾ ਨਾਮ ਸੁਰਜੀਤ ਸਿੰਘ ਹੈ, ਉਸਦੀ ਵੀ ਟੀਮ ਇੰਡੀਆ ਦੇ ਵਿੱਚ ਸਿਲੈਕਸ਼ਨ ਹੋਈ ਹੈ, ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਹੈ। ਤਾਂ ਉਸਦੀ ਇਸ ਕਾਮਯਾਬੀ 'ਤੇ ਪੂਰੇ ਪਿੰਡ ਨੂੰ ਚਾਅ ਚੜ੍ਹਿਆ ਹੋਇਆ, ਤਾਂ ਪਰਿਵਾਰ ਦੇ ਵੱਲੋਂ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਜਾ ਰਹੇ ਨੇ। ਤਾਂ ਗੱਲਬਾਤ ਕਰਦੇ ਹੋਏ ਹਾਕੀ ਟੀਮ ਦੇ ਖਿਡਾਰੀ ਸੁਰਜੀਤ ਸਿੰਘ ਦੇ ਚਾਚਾ ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਨੌਜਵਾਨ ਇੱਕ ਛੋਟੇ ਪਿੰਡ ਤੋਂ ਆਪਣੀ ਸਖ਼ਤ ਮਿਹਨਤ ਕਰਕੇ ਅੱਜ ਟੀਮ ਇੰਡੀਆ ਦੇ ਵਿੱਚ ਸ਼ਾਮਿਲ ਹੋਇਆ, ਅਤੇ ਫਿਰ ਹੁਣ ਉਸਦੀ ਓਲੰਪਿਕ ਦੇ ਲਈ ਚੋਣ ਹੋਈ ਹੈ। ਤਾਂ ਅਸੀਂ ਅੱਜ ਉਸਦੀ ਸਿਲੈਕਸ਼ਨ ਦੀ ਖੁਸ਼ੀ ਦੇ ਵਿੱਚ ਗਰਾਊਂਡ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾ ਰਿਹਾ। ਤਾਂ ਉਹਨਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸੁਰਜੀਤ ਸਿੰਘ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕਰੇ। ਤਾਂ ਦੱਸਦੀ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਨੌਜਵਾਨ ਨਸ਼ੇ ਦੀ ਲੱਤ ਦੇ ਸ਼ਿਕਾਰ ਹੋ ਰਹੇ ਨੇ, ਉੱਥੇ ਹੀ ਕਈ ਨੌਜਵਾਨ ਅਜਿਹੇ ਵੀ ਨੇ ਜੋ ਖੇਡਾਂ ਨੂੰ ਆਪਣਾ ਭਵਿੱਖ ਬਣਾਉਂਦੇ ਨੇ। ਤਾਂ ਉਸਦੀ ਇੱਕ ਐਗਜ਼ਾਮਪਲ ਇਹ ਨੌਜਵਾਨ ਹੈ ਜਿਹੜਾ ਕਿ ਛੋਟੇ ਪਿੰਡ ਤੋਂ ਉੱਠਿਆ ਅਤੇ ਸਖ਼ਤ ਮਿਹਨਤ ਤੋਂ ਬਾਅਦ ਭਾਰਤ ਦੀ ਹਾਕੀ ਟੀਮ ਦੇ ਵਿੱਚ ਸਿਲੈਕਟ ਹੁੰਦਾ ਹੈ, ਅਤੇ ਹੁਣ ਓਲੰਪਿਕ ਦੇ ਵਿੱਚ ਇਸਦੀ ਚੋਣ ਹੋਈ ਹੈ, ਜਿਸ ਤੋਂ ਬਾਅਦ ਮਾਪਿਆਂ ਦੀ ਖੁਸ਼ੀ ਦਾ ਕੋਈ ਵੀ ਠਿਕਾਣਾ ਨਹੀਂ ਹੈ। ਤਾਂ ਪੂਰੇ ਪਿੰਡ ਨੂੰ ਇਸ ਨੌਜਵਾਨ ਦੀ ਪ੍ਰਾਪਤੀ 'ਤੇ ਮਾਣ ਹੈ। ਇਹ ਜੀ ਸਾਡੇ ਜਵੰਦਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ ਓਲੰਪਿਕ ਲਈ ਜਿਹੜੀ ਇੰਡੀਆ ਦੀ ਟੀਮ ਸਿਲੈਕਸ਼ਨ ਹੋਈ ਆ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਿਲੈਕਟ ਹੋਇਆ ਵਾ। ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ। ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਲੱਡੂ ਲੈ ਕੇ ਆਏ ਆ, ਇੱਥੇ ਹੋਰ ਵੀ ਇਲਾਕੇ ਦੇ ਸਾਰੇ ਮੋਹਤਬਰ ਸੱਜਣ ਆਏ ਆ, ਸਾਰੇ ਇਕੱਠੇ ਹੋ ਕੇ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਜੀ। ਬਹੁਤ ਖੁਸ਼ੀ ਆ ਜੀ, ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਡਿਆ ਜੀ, ਸਾਡੇ ਪਿੰਡਾਂ ਦਾ, ਖਾਸ ਕਰਕੇ ਜਵੰਦਪੁਰ, ਮੀਆਂਵਿੰਡ, ਵਧੇਸ਼ੇ, ਸਰਾਂ, ਜੋ ਵੀ ਲਾਗੇ ਲਾਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ। ਮੀਆਂਵਿੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈਗੀ ਸਾਡੇ ਏਰੀਏ 'ਚ, ਇੱਥੋਂ ਹੀ ਬੱਚੇ ਨਿਕਲਦੇ ਆ। ਪਹਿਲਾਂ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰ ਵਿਦੇਸ਼ਿਆਂ ਤੋਂ, ਹੁਣ ਸੁਖਜੀਤ ਆ, ਅਗਾਂਹ ਹੁਣ ਬੱਚੇ ਹੋਰ ਪਨੀਰੀ ਅੱਗੇ ਇਹਨਾਂ ਦੇ ਵਿੱਚੋਂ ਨਿਕਲਣਗੇ। ਆਸ ਕਰਦੇ ਹਾਂ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ ਉਹ ਓਲੰਪਿਕ ਤੱਕ ਜਾਣ ਅਤੇ ਇਲਾਕੇ ਦਾ ਨਾਂ ਰੋਸ਼ਨ ਕਰਨ। ਮਾਪਿਆਂ ਨੂੰ ਇਹ ਅਪੀਲ ਆ ਜੀ ਵੀ ਆਪਣੇ ਬੱਚਿਆਂ ਦਾ ਫੋਨਾਂ ਤੋਂ ਖਹਿੜਾ ਛਡਾ ਕੇ ਇਹਦੇ ਘੱਟੋ ਘੱਟ ਗਰਾਊਂਡ ਦੇ ਵਿੱਚ ਲਿਆਓ। ਇਹ ਨਹੀਂ ਵੀ ਆਪਾਂ ਓਲੰਪਿਕ ਹੀ ਖਿਡਾਉਣੀ ਬੱਚਿਆਂ ਨੂੰ, ਬੱਚੇ ਉੱਦਾਂ ਹੀ ਸਰੀਰਕ ਤੌਰ 'ਤੇ ਉਹ ਤਗੜੇ ਹੋ ਜਾਂਦੇ ਆ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ, ਘੰਟਾ ਖੰਡ ਖੇਡਦੇ ਸ਼ਾਮ ਨੂੰ ਉਹ ਥੱਕ ਕੇ ਸੌਂ ਜਾਂਦੇ ਆ। ਮੋਬਾਈਲਾਂ ਨੇ ਇਹਦੇ ਬੇੜਾ ਗਰਕ ਕਰ ਦਿੱਤਾ, ਸਾਡੀ ਨੌਜਵਾਨ ਪੀੜ੍ਹੀ ਦਾ ਪਹਿਲਾਂ ਨਸ਼ਿਆਂ ਨੇ ਬਹੁਤ ਕੀਤਾ, ਨਾਲ ਹੁਣ ਮੋਬਾਈਲ ਰਲ ਗਏ ਆ। ਅਤੇ ਮਾਪਿਆਂ ਨੂੰ ਇਹੋ ਅਪੀਲ ਆ ਵੀ ਇੱਕ ਘੰਟਾ ਸ਼ਾਮ ਨੂੰ ਕੱਢ ਕੇ ਘੱਟੋ ਘੱਟ ਨਾਲ ਆਪ ਆ ਜਾਓ, ਸੈਰ ਕਰੋ, ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ, ਅਤੇ ਬੱਚਿਆਂ ਦੀ ਜਿਹੜੀ ਆ ਮਾਨਸਿਕ ਅਤੇ ਸਰੀਰਕ ਸਿਹਤ ਜਿਹੜੀ ਆ ਉਹ ਵਧੀਆ ਹੋਊਗੀ। ਸਰਕਾਰ ਪਾਸੋਂ ਤਾਂ ਕੋਈ ਨਹੀਂ ਅਜੇ ਤੱਕ ਜੀ, ਇੱਦਾਂ ਲਾਰੇ ਲੱਗ ਜਾਂਦੇ ਆ ਵੀ ਤੁਹਾਨੂੰ ਮਿਲ ਜੂਗਾ, ਪਰ ਅਜੇ ਕੋਈ ਸਾਨੂੰ ਮਿਲਿਆ ਨੀਗਾ। ਜਦੋਂ ਆਪਣਾ NRI ਵੀਰ ਆ, ਹੋਰ ਇਲਾਕੇ ਦੇ ਜਿਹੜੇ ਮੋਹਤਬਰ ਸੱਜਣ ਆ, ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸੁਨੇਹਾ ਲਾ ਦਈਦਾ ਵੀ ਆਹ ਚੀਜ਼ ਚਾਹੀਦੀ ਆ, ਤਾਂ ਵੱਧ ਚੜ੍ਹ ਕੇ ਸਾਡਾ ਯੋਗਦਾਨ ਕਰਦੇ ਆ। ਪੈਸੇ ਪੱਖੋਂ ਕੋਈ ਚੀਜ਼ ਚਾਹੀਦੀ ਹੋਵੇ ਸਾਨੂੰ ਹਾਜ਼ਰ ਹੋ ਜਾਂਦੀ ਆ।